ਤਰੇ ਵੀ ਤੁਹਾਡੇ ਵੀ ਦਿਮਾਗ 'ਚ ਇਹ ਵਹਿਮ ਨਾ ਬੈਠ ਜਾਏ ਕਿ ਦੁਨੀਆ 'ਚ ਕੋਈ ਪਰਫੈਕਟ ਇਨਸਾਨ ਹੈ ਕੋਈ ਪਰਫੈਕਟ ਇਨਸਾਨ ਨਹੀਂ ਹੁੰਦਾ ਅਸੀਂ ਸਾਰੇ ਹਿਊਮਨਸ ਆ ਅਸੀਂ ਆਪਣੀ ਜ਼ਿੰਦਗੀ 'ਚ ਗਲਤੀਆਂ ਕਰਦੇ ਆ ਕੁਝ ਗਲਤੀਆਂ ਤੋਂ ਸਿੱਖ ਲੈਂਦੇ ਆ ਚੰਗੇ ਹੋ ਜਾਂਦੇ ਆ ਕੁਝ ਨਹੀਂ ਸਿੱਖਦੇ ਫਰਕ ਬਸ ਇਹਨਾਂ ਹੈ ਜੇ ਤੁਸੀਂ ਜ਼ਿੰਦਗੀ 'ਚ ਗਲਤੀਆਂ ਕੀਤੀਆਂ ਨੇ ਜਾਂ ਕਰ ਰਹੇ ਹੋ ਤਾਂ ਇਹਦੇ ਨਾਲ ਕਿਸੇ ਵੀ ਤਰੀਕੇ ਨਾਲ ਤੁਹਾਡਾ ਭਵਿੱਖ ਤੈਅ ਨਹੀਂ ਹੁੰਦਾ ਜਾਂ ਲੋਕਾਂ ਨੂੰ ਇਹ ਹੱਕ ਨਹੀਂ ਮਿਲਦਾ ਕਿ ਉਹ ਤੁਹਾਨੂੰ ਕਿਸੇ ਸਾंचे ਦੇ ਅੰਦਰ ਰੱਖ ਕੇ ਦੇਖਣ ساری ਉਮਰ ਕਿ ਤੂੰ ਇਹ ਤਾਂ ਇਨਸਾਨ ਏਦਾਂ ਦਾ ਹੀ ਹੈ ਯੂ ਆਲਵੇਸ ਹੈਵ the chance to improve and the right to improve hello and welcome to the video sab to pehla to main toida dhanwad karna chahunga unna sare viewers da jinna ne meri jo stock dekhi te positive comment ditte acha jis din jo stock hui si ki na us din bahut kaal wala mahol si ga mainu unna time nahi ditta gaya jinne di mainu lagda mainu zarurat thi cheezan nu puri tarah kehne layi jinne karke jo final jo stock nikal ke aayi yani ki jide andar cutting bhi si gi ਮੈਨੂੰ ਇਹ ਲੱਗਿਆ ਕਿ ਉਹਦੇ ਅੰਦਰ ਬਹੁਤ ਸਾਰੇ ਜ਼ਰੂਰੀ ਐਸਪੈਕਟ ਇਦਾਂ ਦੇ ਸੀਗੇ ਜਿਨ੍ਹਾਂ ਦਾ ਜ਼ਿਕਰ ਸ਼ਾਇਦ ਬੰਦਾ ਸੀ ਪਰ ਨਹੀਂ ਹੋ ਪਾਇਆ ਉਹ ਚਾਹੇ ਮੈਂ ਭੁੱਲ ਗਿਆ ਹੋਵਾਂ ਚਾਹੇ ਉਹ ਕਟਿੰਗ ਦੇ ਅੰਦਰ ਚਲੇ ਗਏ ਹੋਣ ਤੇ ਉਸ ਦੀ ਥੋੜੀ ਜਿਹੀ ਪਰਭਾਈ ਮੈਂ ਇਸ ਵੀਡੀਓ ਦੇ ਅੰਦਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਪੰਜ ਇਦਾਂ ਦੀਆਂ ਇੰਪੋਰਟੈਂਟ ਚੀਜ਼ਾਂ ਜੋ ਉਸ ਜੋਸਟਾਕ ਦੇ ਅੰਦਰ ਨਹੀਂ ਸੀਗੀਆਂ ਲੇਕਿਨ ਮੈਂ ਤੁਹਾਡੀ ਨਜ਼ਰ ਲਿਆਉਣਾ ਚਾਹਾਂਗਾ ਸਭ ਤੋਂ ਪਹਿਲੀ ਚੀਜ਼ ਥੋੜਾ ਜਿਹਾ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਤਾਇਆ ਜੀ ਦੀ ਜਿਹੜੀ ਇਮੇਜ ਹੈ ਉਹ ਇੱਕ ਵਿਲਨ ਦੀ ਬਣ ਗਈ ਉਹਦੇ ਅੰਦਰ ਤਬੇ ਤਾਂ ਦੱਸਣਾ ਚਾਹੂੰਗਾ ਮੇਰੇ ਤਾਇਆ ਜੀ ਮੇਰੀ ਜ਼ਿੰਦਗੀ ਦੀ ਸ਼ਾਇਦ ਸਭ ਤੋਂ ਵੱਡੀ ਇਨਸਪੀਰੇਸ਼ਨ ਨੇ ਠੀਕ ਉਹ ਇੱਕ ਮਾੜਾ ਦੌਰ ਸੀਗਾ ਉਹ ਸ਼ਰਾਬ ਜ਼ਿਆਦਾ ਪੀਣ ਲੱਗ ਗਏ ਸੀਗੇ ਮਾੜੇ ਡਿਸੀਜਨਸ ਉਹਨਾਂ ਨੇ ਉਸ ਦੌਰਾਨ ਲਏ ਉਹ ਇੱਕ ਬਹੁਤ ਚੰਗੇ ਇਨਸਾਨ ਸੀ ਸ਼ਰਾਬ ਨੇ ਜਿੰਨਾ ਦੀ ਜ਼ਿੰਦਗੀ ਬਰਬਾਦ ਕੀਤੀ ਤੇ ਜਿਹੜੇ ਨਾਲ ਜੁੜੇ ਹੋਏ ਲੋਕ ਸੀ ਸਾਡੇ ਵਰਗੇ ਉਹਨਾਂ ਦੀ ਉਹਨਾਂ ਦੇ ਦਿਲ ਨੂੰ ਖੇਸ ਪਹੁੰਚਾਈ ਬਸ ਐਨੀ ਗੱਲ ਸੀ ਹੀ ਵਾਜ਼ਨਟ ਅ ਬੈਡ ਪਰਸਨ ਉਹਨਾਂ ਦੀ ਤਾਂ ਖੁਦ ਦੀ ਜ਼ਿੰਦਗੀ ਦੀ ਸਟਰਗਲ ਇਦਾਂ ਦੀ ਰਹੀ ਹੈ ਕਿ ਆ ਉਹਦੇ ਤੇ ਤਾਂ ਅਲੱਗ ਤੋਂ ਇੱਕ ਫਿਲਮ ਵੀ ਬਣ ਸਕਦੀ ਹੈ। ਅਜਾ ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਮੇਰੇ ਤਾਇਆ ਜੀ ਬਾਵਜੂਦ ਇੰਨੇ ਉੱਚੇ ਰੈਂਕ ਤੇ ਹੋਣ ਦੇ ਜਿੱਥੇ ਤੇ ਉਹਨਾਂ ਦਾ ਰੋਪ ਵੀ ਇੰਨਾ ਸੀਗਾ ਉਹਨਾਂ ਦੀ ਆਵਾਜ਼ ਵੀ ਇਦਾਂ ਦੀ ਸੀਗੀ ਕਿ ਵੱਡੇ ਅਫਸਰ ਵੀ ਉਸ ਤੋਂ ਉੱਪਰਲੇ ਅਹੁਦੇ ਦੇ ਵੀ ਜੇ ਕੋਈ ਅੱਧ ਅਫਸਰ ਹੁੰਦਾ ਸੀਗਾ ਵਿਭਾਗ ਦੇ ਅੰਦਰ ਉਹ ਵੀ ਕੰਬ ਜਾਂਦਾ ਸੀਗਾ। ਲੇਕਿਨ ਉਹਨਾਂ ਨੇ ساری ਜ਼ਿੰਦਗੀ ਇੱਕ ਪੈਸਾ ਵੀ ਇੱਕ ਪੈਸਾ ਵੀ ਰਿਸ਼ਵਤ ਦੇ ਤੌਰ ਤੇ ਨਹੀਂ ਲਿਆ। ਜਦੋਂ ਰਿਟਾਇਰ ਹੋਏ ਤਾਂ ਉਹਨਾਂ ਕੋਲ ਨਾ ਉਹਨਾਂ ਨੇ ਕੋਈ ਘਰ ਖਰੀਦਿਆ ਸੀਗਾ ਉਹਨਾਂ ਕੋਲ ਇੱਕ ਚੇਤਕ ਸਕੂਟਰ ਸੀਗਾ ਤੇ ਇੱਕ ਸਾਈਕਲ ਸੀਗਾ ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀ ਸਮਾਜ ਸੇਵਾ 'ਚ ਬਿਤਾਤੀ ਲੋਕਾਂ ਦੀ ਹੈਲਪ ਕਰਨ 'ਚ ਬਿਤਾਤੀ ਐਂ ਜਦੋਂ ਸ਼ਰਾਬ ਨਹੀਂ ਪੀਂਦੇ ਸੀਗੇ ਜਾਂ ਘੱਟ ਪੀਆ ਕਰਦੇ ਸੀਗੇ ਜਿੰਨ ਮੂਮੈਂਟਸ ਦੇ ਅੰਦਰ ਉਹਨਾਂ ਨੇ ਸ਼ਰਾਬ ਜ਼ਿਆਦਾ ਨਹੀਂ ਸੀ ਪੀਤੀ ਹੁੰਦੀ ਸੀ ਉਹ ਬਹੁਤ ਇੱਕ ਵਧੀਆ ਇਨਸਾਨ ਹੁੰਦੇ ਸੀ ਵੈਰੀ ਕੇਅਰਿੰਗ ਪਰਸਨ ਹੀ ਵਾਸ ਆਬਵੀਅਸਲੀ ਕੋਨ ਕਿਸੇ ਦੇ 2 ਸਾਲ ਦੇ ਪੁੱਤ ਨੂੰ ਆਪਣੇ ਨਾਲ ਲਿਜਾ ਕੇ ਪਾਲਦਾ ਦੇਖੋ ਤੁਸੀਂ ਕਿਸੇ ਦੇ 2 ਸਾਲ ਦੇ ਬੱਚੇ ਨੂੰ ਲੈ ਕੇ ਆ ਰਹੇ ਹੋ ਉਹਦੇ ਨਾਲ ਤੁਹਾਡੀ ਅਟੈਚਮਮੈਂਟ ਵੀ ਹੋ ਜੂ ਕੱਲ ਨੂੰ ਉਹ ਤੁਹਾਨੂੰ ਛੱਡ ਕੇ ਵੀ ਜਾਊਗਾ ਤੇ ਤੁਸੀਂ ਉਹਦੇ 'ਚ ਪੈਸੇ ਵੀ ਇਨਵੈਸਟ ਕਰ ਰਹੇ ਹੋ ਤੇ ਤੁਸੀਂ ਉਹਦਾ ਰਿਸਕ ਵੀ ਲੈ ਰਹੇ ਹੋ ਉਹਦੀ ਜ਼ਿੰਮੇਵਾਰੀ ਦੀ ਕੱਲ ਨੂੰ ਉਹਨੂੰ ਕੁਝ ਹੋ ਜਾਂਦਾ ਤਾਂ ਤੁਸੀਂ ਕੀ ਚਿਹਰਾ ਦਿਖਾਉਂਗੇ ਤਾਂ ਮੇਰੇ ਤਾਇਆ ਜੀ ਜਿਹੜੇ ਸੀਗੇ ਲਾਈਕ 90% ਉਹਨਾਂ ਦਾ ਇੰਪੈਕਟ ਮੇਰੀ ਜ਼ਿੰਦਗੀ ਤੇ ਪੋਜ਼ਿਟਿਵ ਹੀ ਰਿਹਾ ਤੇ ਮੈਂ ਜ਼ਿੰਦਗੀ 'ਚ ਜਿੱਥੇ ਹਾਂ ਤੇ ਉਹਦੇ 'ਚ ਸ਼ਾਇਦ ਜਿੰਨਾ ਵੱਡਾ ਯੋਗਦਾਨ ਮੇਰੇ ਮਦਰ ਜਾਂ ਮੇਰੇ ਗ੍ਰੈਂਡਫਾਦਰ ਦਾ ਹੈ ਉਨਾ ਹੀ ਉਹਨਾਂ ਦਾ ਉਦੋਂ ਘੱਟ ਨਹੀਂ ਹੈਗਾ ਦੂਸਰਾ ਸਾਡੇ ਫੈਮਿਲੀ ਦਾ ਇੱਕ ਸ਼ਖਸ ਜੀ ਦਾ ਜ਼ਿਕਰ ਬਿਲਕੁਲ ਹੀ ਨਹੀਂ ਹੈ ਉਹ ਮੇਰੇ ਖੁਦ ਦੇ ਸਿਸਟਰ ਤਬ ਕੁਝ ਜੋ ਕਹਾਣੀ ਸੀਗੀ ਉਹੀ ਇਸ ਤਰੀਕੇ ਦੀ ਚੱਲ ਰਹੀ ਸੀ ਕਿ ਉਹਦੇ ਅੰਦਰ ਉਹਨਾਂ ਦਾ ਕਿਰਦਾਰ ਨਹੀਂ ਆ ਸਕਿਆ ਤਾਂ ਮੇਰੇ ਸਿਸਟਰ ਦੀ ਵੀ ਜੋ ਸਟਰਗਲ ਹੈ ਨਾ ਉਹ ਕੋਈ ਬਹੁਤੀ ਘਟ ਨਹੀਂ ਰਹੀ ਮੇਰੇ ਨਾਲੋਂ ਬਹੁਤੇ ਮਾਮਲਿਆਂ 'ਚ ਤਾਂ ਮੇਰੇ ਸਿਸਟਰ ਦੀ ਸਟਰਗਲ ਮੇਰੇ ਨਾਲੋਂ ਜ਼ਿਆਦਾ ਰਹੀ ਹੈ ਕਿਉਂਕਿ ਜਦੋਂ ਮੈਂ ਸ਼ਹਿਰ ਦੀ ਇੱਕ ਕੰਫਰਟੇਬਲ ਜ਼ਿੰਦਗੀ ਇੰਜੋਏ ਕਰ ਰਿਹਾ ਸੀ ਉਹ ਮੇਰੇ ਪੇਰੈਂਟਸ ਨਾਲ ਇੱਕ ਮੁਸ਼ਕਿਲ ਜ਼ਿੰਦਗੀ ਪਿੰਡ ਦੇ ਅੰਦਰ ਬਿਤਾ ਰਹੇ ਸੀਗੇ ਅੱਜ ਦੀ ਤਰੀਕ 'ਚ ਉਹ ਗਵਰਨਮੈਂਟ ਨਰਸ ਨੇ ਕੈਨੇਡਾ ਦੇ ਅੰਦਰ ਐਂਡ ਆਮ ਵੈਰੀ ਪ੍ਰਾਊਡ ਆਫ ਹਰ ਇਹ ਉਹੀ ਲੜਕੀ ਹੈ ਜੋ ਜਦੋਂ ਪਲੱਸ 2 ਦੀ ਮੈਡੀਕਲ ਦੀ ਤਿਆਰੀ ਕਰਨੀ ਸੀ ਤਾਂ ਸਾਡੇ ਕੋਲੇ ਪੈਸੇ ਨਹੀਂ ਸੀਗੇ ਸਾਡੀ ਕਾਲਿਆਂ ਵਾਲੀ ਮੰਡੀ ਦੇ ਇੱਕ ਟੀਚਰ ਗਿਰਦਾਰੀ لال ਉਹਨਾਂ ਨੇ ਉਹਨਾਂ ਨੂੰ ਫ੍ਰੀ ਚ ਹਾਈਲਸ ਦੀ ਤਿਆਰੀ ਕਰਾਈ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਮੇਰੀ ਗਿਰਦਾਰੀ ਸਰ ਨਾਲ ਜ਼ਿਆਦਾ ਕਦੇ ਬਣੀ ਨਹੀਂ ਮੈਂ ਸਾਡੀ ਅਕਸਰ ਨੋਕ ਚੋਕ ਚੱਲਦੀ ਰਹਿੰਦੀ ਸੀਗੀ ਪਰ ਸਾਡੇ ਆਪ ਦੇ ਕਾਰਨ ਸੀਗੇ ਲੇਕਿਨ ਹੀ ਵਾਸ ਅ ਗੁੱਡ ਪਰਸਨ ਐਂਡ ਜਦੋਂ ਮੇਰੇ ਅੱਯ ਸਿਸਟਰ ਤਿਆਰੀ ਕਰ ਰਹੇ ਸੀਗੇ ਆਪਣੇ ਮੈਨੂੰ ਪਤਾ ਪੀਐਮਟੀ ਦਾ ਐਗਜ਼ਾਮ ਹੁੰਦਾ ਪਲੱਸ 2 ਤੋਂ ਬਾਅਦ ਤਾਂ ਸਾਡੇ ਕੋਲੇ ਕੋਈ ਇਦਾਂ ਦਾ ਕਮਰਾ ਵੀ ਨਹੀਂ ਸੀਗਾ ਜਿੱਥੇ ਉਹ ਬੈਠ ਕੇ ਪ੍ਰੋਪਰ ਤਿਆਰੀ ਕਰ ਸਕਣ ਕਿਉਂਕਿ ਪਿੰਡਾਂ ਦੇ ਘਰਾਂ ਦਾ ਤੁਹਾਨੂੰ ਪਤਾ ਰੌਲਾ ਰੱਪਾ ਬਹੁਤ ਹੁੰਦਾ ਤਾਂ ਜਿਹੜਾ ਸਾਡਾ ਤੂੜੀ ਵਾਲਾ ਅੰਦਰ ਸੀਗਾ ਉਹਦੇ ਅੰਦਰ ਤੂੜੀ ਹਟਾ ਕੇ ਇੱਕ ਛੋਟੀ ਜੀ ਜਗ੍ਹਾ 'ਚ ਪੱਲੀਆਂ ਲਾ ਕੇ ਇੱਕ ਮੇਕਸ਼ਿਫਟ ਸਟੱਡੀ ਪਲੇਸ ਬਣਾਇਆ ਗਿਆ ਜਿੱਥੇ ਬੈਠ ਕੇ ਮੇਰੇ ਸਿਸਟਰ ਨੇ ਤਿਆਰੀ ਕੀਤੀ ਮੈਨੂੰ ਇਹ ਵੀ ਪਤਾ ਹੈ ਕਿ ਉਹ ਰੋਜ਼ ਸਵੇਰ 3:30 ਉੱਠਿਆ ਕਰਦੇ ਸੀ ਪੜ੍ਹਨ ਲਈ ਫਿਰ ਦਿਨ 'ਚ ਟਿਊਸ਼ਨ ਤਾਂ ਉਹਨਾਂ ਦੀ ਸਟਰਗਲ ਵੀ ਬਹੁਤ ਜ਼ਿਆਦਾ ਵੱਡੀ ਰਹੀ ਹੈ ਘਰ ਦੇ ਮਾੜੇ ਹਾਲਾਤ ਥੋੜਾ ਬਹੁਤ ਕਲੇਸ਼ ਵਾਲਾ ਮਾਹੌਲ ਵੀ ਸੀਗਾ ਫਾਈਨੈਂਸ਼ੀਅਲ ਇਸ਼ੂਸ ਸੀਗੇ ਮੈਂ ਇੱਕ ਬਹੁਤ ਬਹੁਤ ਜ਼ਿਆਦਾ ਵਧੀਆ ਭਰਾ ਵੀ ਨਹੀਂ ਸੀਗਾ ਟੂ ਬੀ ਓਨੈਸਟ ਮੈਂ ਇੱਕ ਚੰਗੇ ਭਰਾ ਦਾ ਰੋਲ ਨਹੀਂ ਨਿਭਾਇਆ ਜਿੰਨਾ ਮੈਂ ਉਹਨਾਂ ਨੂੰ ਸਪੋਰਟ ਕਰ ਸਕਦਾ ਸੀ ਉਹ ਨਹੀਂ ਕੀਤਾ ਤੇ ਮੈਂ ਥੋੜੇ ਡਿੱਕੇ ਜ਼ਿਆਦਾ ਹੀ ਲਾਇਆ ਉਹਨਾਂ ਦੇ ਤੇ ਮੇਰੇ ਸਿਸਟਰ ਡਾਕਟਰ ਬਣਨਾ ਚਾਹੁੰਦੇ ਸੀਗੇ ਬਟ ਮਜਬੂਰੀਆਂ ਇਦਾਂ ਦੀਆਂ ਸੀਗੀਆਂ ਵੀ ਉਹ ਚੀਜ਼ ਨਹੀਂ ਹੋ ਪਾਈ ਉਹਨਾਂ ਨੂੰ ਨਰਸ ਬੰਨਣਾ ਪਿਆ ਤੇ ਬਟ ਉਹਨਾਂ ਨੇ ਬੜੇ ਡਿਗਨੀਫਾਈਡ ਤਰੀਕੇ ਨਾਲ ਉਸ ਚੀਜ਼ ਨੂੰ ਐਕਸੈਪਟ ਕੀਤਾ ਇੱਕ ਪੁਆਇੰਟ ਇਹਨਾਂ ਨਾਲ ਵੀ ਸੀ ਉਹਨਾਂ ਦੀ ਜ਼ਿੰਦਗੀ 'ਚ ਜਦੋਂ ਉਹਨਾਂ ਨੇ 8ਵੀਂ ਤੱਕ ਹਿੰਦੀ ਮੀਡੀਅਮ 'ਚ ਪੜੇ ਸੀ ਇੰਗਲਿਸ਼ ਬਹੁਤ ਹੀ ਕਮਜ਼ੋਰ ਸੀ ਪਰ 9ਵੀਂ 10ਵੀਂ ਦੇ ਅੰਦਰ ਹੀ ਉਹਨਾਂ ਨੇ ਮਿਹਨਤ ਕਰਕੇ ਬਰਾਬਰੀ ਹਾਸਲ ਕਰ ਲਈ ਸੀ ਉਹਨਾਂ ਬੱਚਿਆਂ ਨਾਲ ਜੋ ਬਚਪਨ ਤੋਂ ਹੀ ਇੰਗਲਿਸ਼ ਮੀਡੀਅਮ 'ਚ ਪੜੇ ਸਿਗੇ ਅੱਛਾ ਤਾਂ ਇਹ ਸੀ ਦੂਸਰਾ ਐਸਪੈਕਟ ਤੀਸਰਾ ਐਸਪੈਕਟ ਇਹ ਸੀਗਾ ਕਿ ਮੇਰੀ ਜੋ ਇਮੇਜ ਹੈ ਨਾ ਉਹ ਥੋੜੀ ਜ਼ਿਆਦਾ ਪੋਜ਼ਿਟਿਵ ਬਣ ਗਈ ਜੋ ਸਟਾਕ ਦੇ थ्रू ਮੈਂ ਇਨਾ ਵਧੀਆ ਇਨਸਾਨ ਵੀ ਨਹੀਂ ਆ ਜਿੰਨਾ ਕੋਤੇ ਅੰਦਰ ਲੱਗ ਰਿਹਾ ਸੀਗਾ ਫਿਰ ਤੁਹਾਡੀ ਆਪਦੀ ਪਰਸਪੈਕਸ਼ਨ ਹੈ ਬਹੁਤੇ ਬੱਚਿਆਂ ਨੇ ਕਿਹਾ ਵੀ ਔਰ ਇਨਸਪੀਰੇਸ਼ਨ ਮੈਂ ਉਹਨੂੰ ਵੀ ਸਵੀਕਾਰ ਕਰਦਾ ਬਟ ਇੱਕ ਨਾ ਆਪਣੇ ਸਮਾਜ ਦੇ ਅੰਦਰ ਇੱਕ ਹਿਸਟੋਰਿਕਲੀ ਚੀਜ਼ ਚੱਲਦੀ ਆ ਰਹੀ ਹੈ ਕਿ ਜਦੋਂ ਵੀ ਅਸੀਂ ਕਿਸੇ ਦੀ ਜ਼ਿੰਦਗੀ ਦੇਖਦੇ ਹਾਂ ਤਾਂ ਉਹਦੀ ਹਾਈਲਾਈਟ ਰੀਲਸ ਦੇਖਦੇ ਹਾਂ ਉਹ ਹਾਈਲਾਈਟ ਰੀਲਸ ਜੀ انسان ਖੁਦ ਪੇਸ਼ ਕਰ ਰਿਹਾ ਤਾਂ ਆਬਵੀਅਸਲੀ ਉਹ ਚਿੰਗਿਆngਲ ਨਹੀਂ ਪੇਸ਼ ਕਰੂਗਾ ਜਿਵੇਂ ਕਿ ਮੈਂ ਜੋ ਸਟੋਕ ਚ ਕੀਤੀਆਂ ਤਾਂ ਸ਼ਾਇਦ ਤੁਹਾਨੂੰ ਇਹ ਲੱਗੇ ਕਿ ਆਮ ਸਮ ਕਾਈਂਡ ਆਫ ਪਰਫੈਕਟ ਬੀਇੰਗ ਹਾਂ ਮਤਲਬ ਮੈਂ ਉਹ ਇਨਸਾਨ ਹਾਂ ਜਿਹਨੂੰ ਹਾਲਾਤਾਂ ਨੇ ਮਾੜੀ ਜਗ੍ਹਾ ਰੱਖਿਆ ਲੇਕਿਨ ਉਹ ਹਾਲਾਤਾਂ ਤੋਂ ਪਾਰ ਪਾ ਕੇ ਆਪਦੀ ਸਿਨਸੇਰਿਟੀ ਨਾਲ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਗਰੀਬੀ ਚੋਂ ਬਾਹਰ ਕੱਢ ਲਿਆ ਦੇਖੋ ਇੱਕ ਬੜੀ ਸਿੰਪਲੀਫਾਈਡ ਵਰਜ਼ਨ ਆਫ ਦ ਸਟੋਰੀ ਹੈ ਮੈਂ ਵੀ ਮੇਰੀਆਂ ਵੀ ਬਹੁਤ ਕਮੀਆਂ ਰਹੀਆਂ ਮੈਂ ਬਹੁਤਾ ਸੀਰੀਅਸ ਨਹੀਂ ਰਿਹਾ ਕਦੇ ਵੀ ਪੜ੍ਹਾਈ ਨੂੰ ਲੈ ਕੇ ਮੈਂ ਬਹੁਤ ਲੰਬੇ ਲੰਬੇ ਬੰਕ ਮਾਰਿਆ ਕਰਦਾ ਸੀ ਸਕੂਲ ਤੋਂ ਮੈਂ ਟੀਚਰਜ਼ ਨਾਲ ਆਰਗੂਮੈਂਟ ਕਰਦਾ ਸੀ ਉਹਨਾਂ ਨੂੰ ਡਿਸਰੈਸਪੈਕਟ ਕਰਦਾ ਸੀ ਮੇਰੀ ਅਕਸਰ ਬਾਕੀਆਂ ਨਾਲ ਵੀ ਲੜਾਈ ਹੋ ਜਾਂਦੀ ਸੀ ਐਂਡ ਲੜਾਈਆਂ ਵਗੈਰਾ 'ਚ ਮੈਂ ਸੀਗਾ ਮੈਂ ਚੀਜ਼ਾਂ ਚੋਰੀ ਵੀ ਕਰਦਾ ਰਿਹਾ ਸਕੂਲ ਦੇ ਅੰਦਰ ਮੈਨੂੰ ਯਾਦ ਆ ਉਹ ਦਿਨ ਜਦੋਂ ਮੈਂ ਲਾਇਬ੍ਰੇਰੀ ਤੋਂ 15 ਬੁੱਕਸ ਚੋਰੀ ਕਰ ਲਿਆ ਸੀ ਹਾਲਾਂਕਿ ਸ਼ਾਇਦ ਤੁਹਾਨੂੰ ਲੱਗੇ ਕਿ ਬੁੱਕ ਚੋਰੀ ਕਰਨਾ ਤਾਂ ਕੋਈ ਮਾੜੀ ਚੀਜ਼ ਨਹੀਂ ਬਟ ਦੇਖੋ ਚੋਰੀ ਤਾਂ ਚੋਰੀ ਹੈ ਮੈਂ ਇੱਕ ਬਹੁਤ ਬੁਰਾ ਬ੍ਰਦਰ ਸੀਗਾ ਮੈਂ ਆਪਦੀ ਸਿਸਟਰ ਨੂੰ ਜਾਣ ਬੁੱਝ ਕੇ ਬਹੁਤ ਜ਼ਿਆਦਾ ਸਤਾਇਆ ਕਰਦਾ ਸੀ ਉਹਨਾਂ ਸਮਿਆਂ 'ਚ ਜਦੋਂ ਉਹਨਾਂ ਦੀ ਆਪਦੀ ਬਹੁਤ ਔਖੀ ਸਟਰਗਲ ਚੱਲ ਰਹੀ ਸੀ ਜੇ ਜਿਹੜਾ ਇੱਕ ਚੰਗੇ ਬ੍ਰਦਰ ਦਾ ਰੋਲ ਹੈ ਉਹ ਮੈਂ ਨਹੀਂ ਨਿਭਾਇਆ ਕਈ ਵਾਰ ਮੈਂ ਆਪਣੇ ਮਦਰ ਨੂੰ ਵੀ ਬਹੁਤ ਸਤਾਉਂਦਾ ਹੁੰਦਾ ਸੀਗਾ ਠੀਕ ਤਾਂ ਇਦਾਂ ਨਹੀਂ ਸੀਗਾ ਕਿ ਹਰਦੀਪ ਸਰ ਜਿਹੜੇ ਆ ਉਹ ਕੋਈ ਚੰਗੇ-ਚੰਗੇ ਸੀਗੇ ਆਬਵੀਅਸਲੀ ਪੁਰਾਣੇ ਪਲਾਂ ਨੂੰ ਯਾਦ ਕਰਦੇ ਹੋਏ ਜੇ ਅਸੀਂ ਦੁਨੀਆ ਨੂੰ ਆਪਣੇ ਬਾਰੇ ਦੱਸਦੇ ਹਾਂ ਤਾਂ ਥੋੜੀਆਂ ਪੋਜ਼ਿਟਿਵ ਵੈਲਾਂ ਜ਼ਿਆਦਾ ਯਾਦ ਆ ਜਾਂਦੀਆਂ ਤੇ ਇਹ ਗੱਲਾਂ ਮੈਂ ਸਿਰਫ ਤੁਹਾਨੂੰ ਇਹ ਅਸ਼ੂਰ ਕਰਨ ਲਈ ਦੱਸ ਰਿਆਂ ਕਿ ਤੁਹਾਡੇ ਵੀ ਦਿਮਾਗ 'ਚ ਇਹ ਵਹਿਮ ਨਾ ਬੈਠ ਜਾਏ ਕਿ ਦੁਨੀਆ 'ਚ ਕੋਈ ਪਰਫੈਕਟ ਇਨਸਾਨ ਹੈ ਕੋਈ ਪਰਫੈਕਟ ਇਨਸਾਨ ਨਹੀਂ ਹੁੰਦਾ ਅਸੀਂ ਸਾਰੇ ਹਿਊਮਨਸ ਆ ਅਸੀਂ ਆਪਣੀ ਜ਼ਿੰਦਗੀ 'ਚ ਗਲਤੀਆਂ ਕਰਦੇ ਆ ਕੁਝ ਗਲਤੀਆਂ ਤੋਂ ਸਿੱਖ ਲੈਂਦੇ ਆ ਚੰਗੇ ਹੋ ਜਾਂਦੇ ਆ ਕੁਝ ਨਹੀਂ ਸਿੱਖਦੇ ਫਰਕ ਬਸ ਇਹਨਾਂ ਹੈ ਜੇ ਤੁਸੀਂ ਜ਼ਿੰਦਗੀ 'ਚ ਗਲਤੀਆਂ ਕੀਤੀਆਂ ਨੇ ਜਾਂ ਕਰ ਰਹੇ ਹੋ ਤਾਂ ਇਹਦੇ ਨਾਲ ਕਿਸੇ ਵੀ ਤਰੀਕੇ ਨਾਲ ਤੁਹਾਡਾ ਭਵਿੱਖ ਤੈਅ ਨਹੀਂ ਹੁੰਦਾ ਜਾਂ ਲੋਕਾਂ ਨੂੰ ਇਹ ਹੱਕ ਨਹੀਂ ਮਿਲਦਾ ਕਿ ਉਹ ਤੁਹਾਨੂੰ ਕਿਸੇ ਸਾਚੇ ਦੇ ਅੰਦਰ ਰੱਖ ਕੇ ਦੇਖਨ ساری ਉਮਰ ਕਿ ਤੂੰ ਇਹ ਤਾਂ ਇਨਸਾਨ ਇਦਾਂ ਦਾ ਹੀ ਹੈ ਯੂ ਆਲਵੇਸ ਹੈਵ ਦਾ ਚਾਂਸ ਟੂ ਇੰਪਰੂਵ ਐਂਡ ਦਾ ਰਾਈਟ ਟੂ ਇੰਪਰੂਵ ਅਜਾ ਫਿਰ ਚੌਥੀ ਚੀਜ਼ ਜਿਹਦੇ ਬਾਰੇ ਜ਼ਿਕਰ ਘੱਟ ਹੋਇਆ ਥੋੜਾ ਜਿਹਾ ਇਹ ਮੇਰੇ ਗ੍ਰੈਂਡਫਾਦਰ ਸੀਗੇ ਜਿੰਨਾ ਉਸ ਜੋ ਸਟਾਕ ਦੇ ਅੰਦਰ ਲੱਗਿਆ ਉਹਦੋਂ ਕਿਤੇ ਵੱਡਾ ਰੋਲ ਮੇਰੇ ਗ੍ਰੈਂਡਫਾਦਰ ਦਾ ਮੇਰੇ ਸਕਸੈਸ ਦੇ ਅੰਦਰ ਹੈ ਇੱਕ ਤਾਂ ਉਹਨਾਂ ਦੀ ਪਰਸਨੈਲਿਟੀ ਹੀ ਇਦਾਂ ਦੀ ਸੀਗੀ ਕਿ ਮੈਂ ਬੜਾ ਉਹਨੂੰ ਐਡਮਾਇਰ ਕਰਦਾ ਹੁੰਦਾ ਸੀਗਾ ਕਿ ਉਹਨਾਂ ਦਾ ਕਿੰਨਾ ਜ਼ਿਆਦਾ ਪਿੰਡ ਦੇ ਅੰਦਰ ਰੋਬ ਹੈ ਤੇ ਉਹ ਕਿੰਨੇ ਜਿਆਦਾ ਡਿਸਾਈਸਿਵ ਨੇ ਹਰ ਇੱਕ ਗੱਲ ਦੇ ਅੰਦਰ ਵੀ ਉਹਨਾਂ ਨੇ ਜੇ ਗੱਲ ਕਹਿ ਤੀ ਤਾਂ ਕਹਿਤੀ ਮੈਨੂੰ ਯਾਦ ਆ ਉਹ ਸਮਾਂ ਜਦੋਂ ਮੇਰੇ ਫਾਦਰ ਦਾ ਕੋਈ ਪਿੰਡ ਦੇ ਗੁਰਦੁਆਰੇ ਦੇ ਅੰਦਰ ਮਹੰਤ ਨਾਲ ਕਲੇਸ਼ ਹੋ ਗਿਆ ਸੀਗਾ ਐਂਡ ਮੇਰੇ ਫਾਦਰ ਨੂੰ ਬਹੁਤ ਟਾਰਚਰ ਕੀਤਾ ਜਾ ਰਿਹਾ ਸੀਗਾ ਉੱਥੇ ਪੂਰੀ ਪੰਚਾਇਤ ਇਕੱਠੀ ਹੋਈ ਪੀਸੀ ਤੇ ਮੇਰੇ ਫਾਦਰ ਦੇ ਖਿਲਾਫ ਹੋਈ ਪੀਸੀ ਹਾਲਾਂਕਿ ਉਹ ਕਿੱਸਾ ਜਿਹੜਾ ਉਹਦੇ ਅੰਦਰ ਮੇਰੇ ਫਾਦਰ ਦੀ ਵੀ ਗਲਤੀ ਸੀਗੀ ਮਹੰਤ ਦੀ ਵੀ ਗਲਤੀ ਸੀ ਲੇਕਿਨ ਜਦੋਂ ਮੇਰੇ ਦਾਦਾ ਜੀ ਨੂੰ ਪਤਾ ਲੱਗਿਆ ਤੇ ਉਹ ਆਪਦੀ ਕੋਕੇ ਵਾਲੀ ਜਿਹੜੀ ਡਾਂਗ ਆ ਉਹ ਲੈ ਕੇ ਗੁਰਦੁਆਰੇ ਚ ਪਹੁੰਚੇ ਤੇ ਉਹਨਾਂ ਨੇ ਸਾਰੀ ਗੱਲ ਸੁਣੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਮਹੰਤ ਦੀ ਜ਼ਿਆਦਾ ਵੱਡੀ ਗਲਤੀ ਹੈ ਪਰ ਲੋਕ ਉਹਨੂੰ ਸਪੋਰਟ ਕਰ ਰਹੇ ਆ ਤਾਂ ਉਹਨਾਂ ਨੇ ਭਰੀ ਪੰਚਾਇਤ ਤੇ ਡੰਗ ਗੱਡ ਕੇ ਕਿਹਾ ਸੀਗਾ ਕਿ ਮੈਂ ਸਾਰੀ ਗੱਲ ਸੁਣ ਲਈ ਹੈ ਤੇ ਮੈਨੂੰ ਦਿਖ ਗਿਆ ਗਲਤੀ ਕੀ ਦੀ ਹੈ ਜੇ ਹੁਣ ਵੀ ਕਿਸੇ ਨੇ ਕਹਿੰਦੇ ਗੁਰਮੀਤ ਸਿੰਘ ਯਾਨੀ ਮੇਰੇ ਫਾਦਰ ਦੇ ਖਿਲਾਫ ਬੋਲਣਾ ਹੈ ਤਾਂ ਹੁਣ ਕਹਿੰਦੇ ਖੜੇ ਹੋ ਕੇ ਬੋਲੋ ਕਿਹੜਾ ਬੰਦਾ ਬੋਲਦਾ ਕਿਸੇ ਦੀ ਜ਼ੁਬਾਨ ਨਹੀਂ ਸੀ ਖੁੱਲੀ ਉਦੋਂ ਸਾਰੇ ਬੈਠੇ ਰਹੇ ਸੀਗੇ ਤਾਂ ਬੜੇ ਮਤਲਬ ਜ਼ਬਰਦਸਤ ਪਰਸਨੈਲਿਟੀ ਸੀਗੀ ਐਂਡ ਸਭ ਤੋਂ ਵੱਡੀ ਮੈਨੂੰ ਲੱਗਦਾ ਹੈ ਜਿਹੜੀ ਚੀਜ਼ ਨੇ ਮੈਨੂੰ ਉਹਨਾਂ ਦੇ ਪ੍ਰਭਾਵਿਤ ਕੀਤਾ ਹੋਇਆ ਹੈ ਸੀਗਾ ਕਿ باوجود ਇੰਨੀ ਇੱਜ਼ਤ ਹੋਣ ਦੇ ਜਦੋਂ ਮਾੜਾ ਦੌਰ ਸਾਡੇ ਤੇ ਆਇਆ ਜਦੋਂ ਫਾਈਨੈਂਸ਼ੀਅਲੀ ਕਿਸੇ ਕਾਰਨ ਤੁਸੀਂ ਵੀਕ ਹੋਣੇ ਸ਼ੁਰੂ ਹੋ ਗਏ ਐਂਡ ਸਾਡੀ ਪੜ੍ਹਾਈ ਜੋ ਫੀਸਿਸ ਵਗੈਰਾ ਸੀ ਮੈਂ ਤੇ ਮੇਰੇ ਸਿਸਟਰ ਦੀ ਉਹ ਨਹੀਂ ਸੀ ਜੁੜਿਆ ਕਰਦੀਆਂ ਤਾਂ ਮੇਰੇ ਗ੍ਰੈਂਡਫਾਦਰ ਪਿੰਡ ਦੇ ਬਾਕੀ ਲੋਕਾਂ ਕੋਲੇ ਜਾ ਕੇ ਹੱਥ ਅੜਦੇ ਸੀ ਕਿ ਮੈਨੂੰ 10000 ਦੇ ਦੋ 15 ਦੇ ਦੋ 5 ਦੇ ਦੋ ਮਹਿਰੀ ਦੀ ਫੀਸ ਭਰਨੀ ਹੈ ਇਹ ਉਹ insan ਸੀ ਜੀ ਜੀ ਰਤਬਾ ਪਿੰਡ ਦੇ ਅੰਦਰ ਸ਼ਾਇਦ ਸਭ ਤੋਂ ਉੱਚਾ ਸੀਗਾ ਲੇਕਿਨ ਉਹਨੂੰ ਝੋਕਨ ਚ ਵੀ ਕੋਈ ਤਕਲੀਫ ਨਹੀਂ ਸੀਗੀ ਜੇਕਰ ਉਹਦੇ ਨਾਲ ਉਹਦੇ ਪੋਤਿਆਂ ਦਾ ਪੋਤੀਆਂ ਦਾ ਬਚਪਨ ਸਬਰ ਦਾ ਮੈਨੂੰ ਨਹੀਂ ਲੱਗਦਾ ਵੀ ਇਤੋਂ ਵੱਧ ਇਤੋਂ ਵੱਧ ਡਿਵੋਸ਼ਨ ਜਾਂ ਇਨਸਪੀਰੇਸ਼ਨ ਇੱਕ ਪੇਰੈਂਟ ਜਾਂ ਇੱਕ ਗ੍ਰੈਂਡਪੇਰੈਂਟ ਦੇ ਤੌਰ ਤੇ ਕਿਸੇ ਨੂੰ ਮਿਲ ਸਕਦੀ ਹੈ ਜੋ ਮੈਨੂੰ ਮਿਲੀ ਹੈ ਤੇ ਮੇਰੀ ਜਿਹੜੀ ਆਪਣੀ ਫੈਮਿਲੀ ਦੇ ਪ੍ਰਤੀ ਕਹ ਲਓ ਵੀ ਜੋ ਮੇਰੀ ਖੁਦ ਦੀ ਡਿਵੋਸ਼ਨ ਹੈ ਉਹਦਾ ਅਸਲ ਇਨਸਪੀਰੇਸ਼ਨ ਅਸਲ ਜੜ ਮੇਰੇ ਦਾਦਾ ਜੀ ਨੇ ਤੇ ਉਹ ਆਪਣੀ ਡੈਥ ਤੱਕ ਬਿਲਕੁਲ ਐਂਡ ਤੱਕ ਸਾਡੇ ਲਈ ਸਟਰਗਲ ਕਰਦੇ ਰਹੇ ਸੀ ਆਪਣੇ ਆਖਰੀ ਸਾਹ ਤੱਕ ਉਹ ਸਾਡੀ ਸਪੋਰਟ ਕਰਦੇ ਰਹੇ ਸੀ ਤਾਂ ਹੀ ਵਾਸ ਅ ਗ੍ਰੇਟ ਪਰਸਨ ਪਰ ਲਾਸਟ ਚੀਜ਼ ਜੀ ਦਾ ਮੈਨੂੰ ਲੱਗਦਾ ਮੈਂ ਜ਼ਿਕਰ ਨਹੀਂ ਕਰ ਪਾਇਆ ਉਹ ਇਹ ਹੈ ਕਿ ਉੱਥੇ ਜੋ ਜੋ ਸਟਾਕ ਨੂੰ ਸੁਣ ਕੇ ਲੱਗਿਆ ਕਿ ਜਦੋਂ ਮੈਂ ਕਾਲਜ ਚ ਗਿਆ ਤੇ ਮੈਂ ਸਾਈਕੋਲੋਜੀ ਦੀ ਡਿਗਰੀ ਲਈ ਤੇ ਮੇਰੇ ਮਸਲੇ ਹੱਲ ਹੋ ਗਏ ਮੈਂਟਲ ਹੈਲਥ ਇਸ਼ੂਜ਼ ਦੇ ਤਾਂ ਇਦਾਂ ਲੱਗਣ ਲੱਗ ਗਿਆ ਕਿ ਉਹ ਪਰਮਾਨੈਂਟਲੀ ਹੱਲ ਹੋ ਗਏ ਐਕਚੁਅਲੀ ਉਸ ਤੋਂ ਬਾਅਦ ਇੱਕ ਪਾਰਟ ਚ ਮੈਂ ਜ਼ਿਕਰ ਵੀ ਕੀਤਾ ਸੀ ਕਿ ਅੱਜ ਵੀ ਮੈਂ ਮੈਂਟਲ ਹੈਲਥ ਇਸ਼ੂਜ਼ ਨਾਲ ਸਟਰਗਲ ਕਰ ਰਿਹਾ ਠੀਕ ਹੈ ਲੇਕਿਨ ਉਹ ਪਾਰਟ ਬਾਅਦ ਚ ਕੱਟ ਹੋ ਗਿਆ ਤੇ ਮੈਨੂੰ ਬਹੁਤਾ ਟਾਈਮ ਵੀ ਨਹੀਂ ਮਿਲਿਆ ਸੀ ਵੈਸੇ ਵੀ ਉਸ ਤੇ ਗੱਲ ਕਰਨ ਨੂੰ ਤਾਂ ਨੇਚਰਲੀ ਉਹਨਾਂ ਨੇ ਕੱਟ ਹੀ ਕਰਤਾ ਰਹਿਤਾ ਤਾਂ ਕਹਾਣੀ ਦੇਖੋ ਇਹ ਹੈ ਕਿ ਫਿਲਹਾਲ ਮੈਨੂੰ ਐਂਗਜ਼ਾਇਟੀ ਐਂਡ ਡਿਪਰੈਸ਼ਨ ਮੈਂ ਦੋਨੋਂ ਚੀਜ਼ਾਂ ਚੋਂ ਗੁਜ਼ਰ ਰਿਹਾ ਹਾਲਾਂਕਿ ਮੇਰੀ ਮੈਡੀਕੇਸ਼ਨ ਹੈ ਉਸ ਚੀਜ਼ ਦੀ ਐਂਡ ਜੋ ਮੈਨੂੰ ਕਹਿ ਲੋ ਵੀ ਸੇਨ ਰੱਖਦੀ ਹੈ ਸਟੇਬਲ ਰੱਖਦੀ ਹੈ ਮੈਂ ਪਾਸਟ ਵਿੱਚ ਕਾਉਂਸਲਿੰਗਸ ਵੀ ਲਈਆਂ ਇਸ ਚੀਜ਼ ਲਈ ਜੀ ਨੇ ਮੈਨੂੰ ਹੈਲਪ ਕੀਤਾ ਮੈਂ ਨਵੀਆਂ ਨਵੀਆਂ ਚੀਜ਼ਾਂ ਇਹਦੇ ਬਾਰੇ ਸਿੱਖਦਾ ਰਹਿਣਾ ਇੱਕ ਜੰਗ ਹੈ ਕਿ ਯੁੱਧ ਹੈ ਜੋ ਸਾਰੀ ਸ਼ਾਇਦ ਜ਼ਿੰਦਗੀ ਜਾਰੀ ਰਹੂਗਾ ਕਦੇ ਇਹ ਚੀਜ਼ ਮੇਰੇ ਤੇ ਹਾਵੀ ਹੋ ਜਾਂਦੀ ਹੈ ਕਦੇ ਮੈਂ ਇਸ ਤੇ ਹਾਵੀ ਹੋ ਜਾਂਦਾ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਮੈਨੂੰ ਪਿਛਲੇ 5-10 ਸਾਲਾਂ ਵਿੱਚ ਦੇਖਿਆ ਜਦੋਂ ਮੈਂ ਆਪਣੇ ਕਰੀਅਰ ਚ ਸਕੂਲ ਚ ਪੜਾਇਆ ਕਰਦਾ ਸੀ ਹੁਣ ਯਾ ਮੇਰੇ ਸਟੂਡੈਂਟਸ ਉਹ 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 ਅਕਸਰ ਮੇਰੇ ਚਿਹਰੇ ਤੋਂ ਦੇਖ ਵੀ ਲੈਂਦੇ ਹੋਣਗੇ ਕਿ ਕਿਸੇ ਨਾ ਕਿਸੇ ਦਿਨ ਮੇਰੇ ਚਿਹਰੇ ਤੇ ਬੜਾ ਸਟ्रेस ਹੁੰਦਾ ਹੈ ਜਾਂ ਉਦਾਸੀ ਹੁੰਦੀ ਹੈ ਉਹਦਾ ਅਸਲ ਕਾਰਨ ਇਹੀ ਹੈ ਕਿ ਮੇਰਾ ਜਿਹੜਾ ਐਂਗਜ਼ਾਇਟੀ ਡਿਪਰੈਸ਼ਨ ਉਹ ਖਤਮ ਨਹੀਂ ਹੋਇਆ ਉਹਦੇ ਨਾਲ ਜੰਗ ਜਾਰੀ ਹੈ ਮੈਂ ਇਹ ਕਹੂੰਗਾ ਕਿ 80% ਮੈਂ ਹਾਵੀਆਂ 20% ਚੀਜ਼ ਹਾਵੀ ਹੈ ਪੂਰੀ ਤਰ੍ਹਾਂ ਗਈ ਨਹੀਂ ਹੈ ਕੋਈ ਕੋਈ ਦਿਨ ਇਦਾਂ ਦਾ ਵੀ ਆਉਂਦਾ ਜਦੋਂ ਇਹਦਾ ਪਲੜਾ ਥੋੜਾ ਭਾਰੀ ਹੋ ਜਾਂਦਾ ਹੈ ਬਟ ਆਸਾਨਦਮਗੀ ਕਿਨੂੰ ਮਿਲੀ ਹੈ ਠੀਕ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਹੈ ਐਟ ਲੀਸਟ ਮੈਨੂੰ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਨਹੀਂ ਹੈ ਐਟ ਲੀਸਟ ਸਾਡਾ ਪਰਿਵਾਰ ਜਿਹੜਾ ਹੈ ਉਹ ਅੰਡਰਸਟੈਂਡਿੰਗ ਖੁਸ਼ਹਾਲ ਪਰਿਵਾਰ ਹੈ ਸਪੋਰਟਿਵ ਪਰਿਵਾਰ ਹੈ ਤੁਹਾਨੂੰ ਜ਼ਿੰਦਗੀ ਵਿੱਚ ਕੁਝ ਨਾ ਕੁਝ ਚੈਲੰਜਸ ਤਾਂ ਮਿਲਣਗੇ ਮੇਰਾ ਜਿਹੜਾ ਚੈਲੰਜ ਹੈ ਉਹ ਮੇਰੇ ਮੈਂਟਲ ਹੈਲਥ ਇਸ਼ੂਜ਼ ਹੈ ਹੋਰ ਵੀ ਮੈਂਟਲ ਹੈਲਥ ਇਸ਼ੂਜ਼ ਹੈਗੇ ਇੱਕ ਦੋ ਐਂਗਜ਼ਾਇਟੀ ਡਿਪਰ ਕਿਸੇ ਦਿਨ ਮੈਂ ਇਸੇ ਮੁੱਦੇ ਤੇ ਅਲੱਗ ਤੋਂ ਗੱਲ ਕਰੂੰਗਾ ਬਟ ਦ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਜ਼ ਕਿ ਉਸ ਜੋ ਸਟਾਕ ਦੇ ਅੰਦਰ ਇਹ ਲੱਗਿਆ ਕਿ ਮੈਂ ਬਸ ਉਸ ਇੱਕ ਬਹੁਤ ਵੱਡੀ ਗਲਤਫਹਿਮੀ ਤਾਂ ਹੀ ਹੁੰਦੀ ਹੈ ਕਿ ਤੁਹਾਡੇ ਮੈਂਟਲ ਹੈਲਥ ਇਸ਼ੂਜ਼ ਜਿਹੜੇ ਆ ਉਹ 100% ਤੁਹਾਡੀ ਕੰਡੀਸ਼ਨਸ ਤੇ ਡਿਪੈਂਡ ਕਰਦੇ ਆ ਕਿ ਜਦੋਂ ਮੇਰੇ ਹਾਲਾਤ ਸੁਧਰ ਗਏ ਤਾਂ ਮੇਰਾ ਮਨ ਠੀਕ ਹੋ ਗਿਆ ਐਦਾਂ ਨਹੀਂ ਹੁੰਦਾਗਾ। ਇਹੀ ਕਾਰਨ ਹੈ ਕਿ ਜਦੋਂ ਸੁਸ਼ਾਂਤ ਰਾਜਪੂਤ ਨੇ ਸੁਸਾਇਡ ਕੀਤਾ ਸੀ ਤਾਂ ਲੋਕ ਕਹ ਰਹੇ ਸੀ ਯਾਰ ਇਹਨੂੰ ਗਾਦੀ ਕਮੀ ਸੀ। ਇਹਦੇ ਕੋਲ ਤਾਂ ਪੈਸਾ ਵੀ ਇੰਨਾ ਸੀ, ਫੇਮ ਸੀ ਦੁਨੀਆ ਭਰ ਦੇ ਫੇਮ ਸੀ, ਸੁੰਦਰ ਇਹਦੇ ਕੁੜੀਆਂ ਵਾਲੇ ਦੁਆਲੇ ਰਹਿੰਦੀਆਂ ਸੀ। ਇਹ ਉਹ ਜੋ ਮਤਲਬ ਸਾਡੇ ਅੰਦਰ ਮਨ ਦੇ ਅੰਦਰ ਸੁਪਨੇ ਹੁੰਦੇ ਆ ਕਹਿੰਦੇ ਵੀ ਉਹਨੇ ਉਹਦੇ ਕੋਲ ਸਾਰੇ ਸੀਗੇ ਪੂਰੇ ਹੋਏ। ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਨਾ ਤਾਂ ਤੁਸੀਂ ਐਂਗਜ਼ਾਇਟੀ ਡਿਪਰੈਸ਼ਨ ਨੂੰ ਸਮਝਦੇ ਨਹੀਂ ਵੀ ਇਹ ਚੀਜ਼ ਕੀ ਹੈ ਐਂਗਜ਼ਾਇਟੀ ਡਿਪਰੈਸ਼ਨ ਤੇ ਤੁਹਾਡੇ ਹਾਲਾਤਾਂ ਦਾ ਅਸਰ ਜ਼ਰੂਰ ਪੈਂਦਾ ਬਟ ਉਹ ਹਾਲਾਤਾਂ ਤੋਂ ਤੈਅ ਨਹੀਂ ਹੁੰਦੇ ਖਿਆਰੇ ਟੋਟਲੀ ਇੱਕ ਅਲੱਗ ਮੁੱਦਾ ਕਿਸੇ ਦਿਨ ਇਸ ਮੁੱਦੇ ਤੇ ਮੈਂ ਪੂਰੀ ਤਰ੍ਹਾਂ ਡਿਟੇਲਸ ਵੀ ਗੱਲ ਕਰਨਾ ਚਾਹੂੰਗਾ ਤਾਂ ਇਹ ਪੰਜ ਐਸਪੈਕਟ ਸੀਗੇ ਜੀ ਦੇ ਬਾਰੇ ਗੱਲ ਘੱਟ ਹੋਈ ਮੇਰੇ ਤਾਇਆ ਜੀ ਮੇਰੀਆਂ ਕਮੀਆਂ ਮੇਰੇ ਸਿਸਟਰ ਮੇਰੇ ਗ੍ਰੈਂਡਫਾਦਰ ਤੇ ਮੇਰੇ ਆਨਗoing ਮੈਂਟਲ ਹੈਲਥ ਇਸ਼ੂਸ ਤਾਂ ਇਹਦੇ ਜੋਸ਼ਟਾਕ ਦੀ ਕੋਈ ਗਲਤੀ ਨਹੀਂ ਹੈਗੀ ਤੇ ਉਹ ਮੈਨੂੰ ਚਾਹੁੰਦਾ ਕਿ ਉਹ ਮੈਨੂੰ ਸਪੈਸ਼ਲੀ 25-30 ਮਿੰਟ ਦਿੰਦੇ ਆਮ ਤੌਰ ਤੇ ਜੋਸ਼ਟਾਕ 15 ਮਿੰਟਾਂ ਦੀਆਂ ਹੀ ਹੁੰਦੀਆਂ ਬਸ ਕਹਾਣੀ ਦੇ ਅੰਦਰ ਕਿਰਦਾਰੀ ਇੰਨੇ ਸੀਗੇ ਤੇ ਕਹਾਣੀ ਦੇ ਅੰਦਰ ਮੋੜਕੋੜੀ ਇੰਨੇ ਸੀਗੇ ਵੀ ਉਹ 15 ਮਿੰਟਾਂ ਚ ਸਮੇਟਣੀ ਮੁਸ਼ਕਲ ਸੀ ਤਾਂ ਇਸ ਵੀਡੀਓ ਦੇ ਅੰਦਰ ਮੈਂ ਉਹਦੀ ਪਰਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਐਂ ਤੁਹਾਡੇ ਕਮੈਂਟਸ ਮੈਂ ਥੱਲੇ ਦੇਖਣਾ ਚਾਹੁੰਗਾ ਬਹੁਤ ਵਧੀਆ ਲੱਗਦਾ ਮਿਲਦੇ ਆਂ ਅਗਲੀ ਵੀਡੀਓ ਚ